ਪਲੱਗ ਲੱਗ ਗਿਆ ਹੁਣ, ਸੌਖਾ ਹੋ ਗਿਆ, ਨਹੀਂ ਤਾਂ ਇੱਥੇ ਬਹੁਤ ਔਖਾ ਹੁੰਦਾ ਸੀ। ਹੈਲੋ ਐਵਰੀਵਨ, ਵੈਲਕਮ ਬੈਕ ਆਪਣੇ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਵਲੌਗ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਇਧਰ ਮੋਨ ਸਾਹਿਬ ਤੁਸੀਂ ਫਰਾਕ ਸੂਟ ਚ ਪਿੰਡ ਵਿੱਚ ਪਹਿਲੀ ਵਾਰ ਦੇਖੇ ਹੋਵੋਗੇ। ਚੱਲੇ ਅਸੀਂ ਰਵੀ ਦੇ ਟੈਸਟ ਕਰਵਾਉਣ, ਜਿੱਦਾਂ ਤਾਂ ਤੁਹਾਨੂੰ ਪਤਾ ਹੀ ਆ ਰਵੀ ਬਿਮਾਰ ਸੀਗਾ, ਉਹਦੀ OTPT ਬਹੁਤ ਜ਼ਿਆਦਾ ਵਧੀ ਸੀ। ਨੁਕਸਾਨ ਤੇ ਨੁਕਸਾਨ ਮਿਲੀ ਜਾ ਰਿਹਾ, ਹੁਣ ਫਿਰ ਭੰਗਾ ਪੈ ਗਿਆ, ਸਾਡਾ ਇਨਵਰਟਰ ਖਰਾਬ ਹੋ ਗਿਆ, ਇੱਕ ਨਾ ਬਰਾਂਡੇ ਦੇ ਵਿੱਚ ਪੱਖਾ, ਪੱਖੇ ਤੋਂ ਬਿਨਾਂ ਬੈਠਣ ਨਹੀਂ ਜਾ ਰਿਹਾ, ਪੱਖਾ ਵੀ ਲੈ ਕੇ ਆਉਣਾ ਸੀ ਵਧੀਆ। ਪਰ ਅਸੀਂ ਘਰ ਤਾਂ ਪਾਲੇ ਤੇ ਪੱਖੇ ਬਹੁਤ ਔਖੇ ਦਵਾਏ, ਇੱਕ ਇੱਕ ਪੱਖਾ ਕਰਕੇ ਲਵਾ, ਪਹਿਲਾਂ ਉਧਰਲੇ ਕਮਰੇ 'ਚ ਪੱਖਾ ਹੁੰਦਾ ਸੀ, ਫਿਰ ਇੱਧਰ ਨਹੀਂ ਹੁੰਦਾ ਸੀ, ਫਿਰ ਇੱਧਰ ਲਵਾਇਆ, ਹੁਣ ਬਰਾਂਡੇ ਵੀ ਸਾਰੇ ਖਰਾਬ ਹੋਏ, ਪਲੱਗ ਵੀ ਸਹੀ, ਹੁਣ ਬਰਾਂਡੇ 'ਚ ਮੈਂ ਕਿਹੜਾ ਮੇਲਾ 6-7 ਸਾਲਾਂ ਬਾਅਦ ਅੱਜ ਮਸਾਂ ਬਰਾਂਡੇ 'ਚ ਪੱਖਾ ਲੱਗੂਗਾ। ਚਲੋ ਹੌਲੀ ਹੌਲੀ ਸਾਰਾ ਕੁਝ ਬਣ ਜਾਂਦਾ ਹੈਗਾ। ਅੱਜ ਅਸੀਂ ਲੈਣ ਚੱਲੇ ਹਾਂ ਪੱਖਾ ਅਤੇ ਇਨਵਰਟਰ, ਰਵੀ ਦੇ ਟੈਸਟ ਵੀ ਕਰਾਉਣੇ ਆ। ਇੱਧਰ ਡੈਡੀ ਲੱਗਿਆ ਪਿਆ ਇਨਵਰਟਰ ਖੋਲਣ, ਉੱਧਰ ਉੱਤਰ ਇਹਨੂੰ ਨਾ ਹੱਥ ਲਾ ਦੇ ਫਿਰ ਕਿਹਨੂੰ, ਹਾਂ ਸਲਟ ਖਰਾਬ ਹੋ ਜੂ, ਇਹ ਵੀ ਸਾਡਾ ਟੁੱਟ ਗਿਆ, ਨਵਾਂ ਲੈ ਕੇ ਆਉਣਾ। ਭੰਨ ਤੇ ਰਵੀ ਦੀ ਪੈਰ ਟੁੱਟ ਗਿਆ ਰੱਬੀ ਜੀ, ਗੋਲੀਆਂ ਖਾ ਖਾ ਕੇ ਹੋ ਗਈ ਠੀਕ, ਹੁਣ ਮਾਰਦੀ ਪਈਆਂ ਨਹੀਂ, ਹੁਣ ਮਾਰਦੀ ਪਈਆਂ ਖਾ ਖਾ ਗੋਲੀਆਂ। ਲੈ ਪਿੱਛੋਂ ਦੀ ਫੜੂ, ਐਂ ਗਰਦਨ ਜੀ ਤੋਂ ਫੜੀ ਨਾ, ਹੋਰ ਕੱਪੜੇ ਵੀ ਦੋਨਾਂ ਨੇ ਚਿੱਟੇ ਪਾਲੇ, ਤੂੰ ਵੀ ਰਾਂਝਾ ਚਿੱਟਾ ਹੀ ਪਾਲਿਆ, ਤੇਰੀ ਭਾਬੀ ਨੇ ਵੀ ਚਿੱਟਾ ਹੀ ਪਾਲਿਆ, ਚਿੱਟੇ ਬਣ ਬਣ ਨਿਕਲਦੇ ਪਏ ਨੇ। ਕੀ ਹੋਇਆ ਹੁਣ ਬੋਲ, ਮੇਰੇ ਇੰਨੀਆਂ ਮਾਰੀਆਂ ਆ ਜਾ, ਇਹ ਰੱਬ ਜੀ ਫਿਰ ਆਏ ਤਾਂ ਹਜੇ ਤਾਂ ਹੈਗੀ ਜਾਨ ਜੀ। ਰਵੀ ਸਿੰਘ ਨੇ ਚੱਕ ਲਿਆ ਨੇ ਬੈਠ ਚੱਲੇ ਆ ਧੂਰੀ, ਮੈਂ ਤਾਂ ਘੱਟੋ ਘੱਟ 15-20 ਦਿਨਾਂ ਬਾਅਦ ਚੱਲੀ ਆ, ਜਾ ਕੇ ਮਿਲਾਂਗੇ। ਹੋਰ ਜੀ ਹੁਣ ਅਸੀਂ ਆ ਗਏ ਲੈਬੋਰਟਰੀ 'ਚ ਰਵੀ ਦੇ ਟੈਸਟ ਕਰਾਉਣ ਵਾਸਤੇ, ਅੰਦਰ ਪੂਰੀ ਤਿਆਰੀ ਚੱਲ ਰਹੀ ਹੈ, ਰਵੀ ਦੇ ਸਿਰ ਡਰ ਲੱਗਣ ਲੱਗ ਗਿਆ, ਕਹਿ ਗਿਆ ਹੌਸਲਾ ਜਿਹਾ ਕਰਕੇ ਸਾਡੇ ਕੋਲ ਬਿਮਾਰ ਕਾਹਦੀ ਹੋਈ, ਸਾਰੀ ਬਿਮਾਰੀਆਂ ਤੇਰੇ ਗੱਲ ਵੀ, ਇਹਦਾ ਹੁਣ ਖਾਈ ਪੀ ਇਹ ਸਹੀ ਹੈ, ਧਾਕੜ ਬੰਦਾ ਪੂਰਾ ਹੈ। ਹੋਰ ਜੀ ਰਵੀ ਦੇ ਟੈਸਟ ਕਰਾ ਗਏ, ਹੁਣ ਅਸੀਂ ਆ ਗਏ ਹਾਂ ਦੁਕਾਨ ਤੇ, ਘਰ ਦਾ ਖਾਣ ਨਹੀਂ ਆਇਆ, ਅਗਲਾ ਕਮੈਂਟ ਨਾ ਕਰੇ, ਅਸੀਂ ਖਾਂਦੇ ਨਹੀਂ ਆਏ, ਕੋਈ ਹੋਰ ਕੋਈ ਗੱਲ ਆਉਂਦੀ ਨਹੀਂ, ਉਹ ਦੱਸ ਰਿਹਾ ਉਹਨਾਂ ਨੂੰ ਆਪੀ ਸਟਾਈਲ ਚੇਂਜ ਕਰਤਾ, ਕਿੰਨੀ ਵਾਰੀ ਦੱਸੇਗਾ, ਗਰਮੀ ਵੀ ਬਹੁਤ ਜਲਦੀ ਜਲਦੀ ਚੱਲ, ਬੈਠੋਗੇ ਫੇਰ ਹੀ ਚੱਲੂਗਾ, ਚਲੋ ਤੁਸੀਂ ਮੈਂ ਆ ਗਈ, ਰਾਸਤੇ ਜੀ ਛੱਡ ਕੇ ਆ ਗਏ, ਇਨਵਰਟਰ ਦੀ ਗੱਲ ਬਣਦੀ ਹੈ ਜਾਂ ਨਹੀਂ, ਲੈ ਸਾਡੇ ਬੈਟਰੀ ਦਾ ਨੰਬਰ ਲੱਗੂਗਾ, ਦੇਖੋ ਚੱਕ ਲਓ ਰੱਖ ਲਓ ਚੱਕ, ਇੱਕ ਤਾਂ ਇੰਨਾ ਭਾਰਾ ਮੈਂ ਤੇਰੇ ਵੀ ਦੋਨੇ ਜਣੇ ਚੱਕਣ ਲੱਗੇ ਪਏ ਆ, ਇਹਨੂੰ ਦੇਖੋ ਕਿੰਨਾ ਟਾਈਮ ਲੱਗਦਾ, ਮੈਂ ਤਾਂ ਆਪਣਾ ਦਾਂ ਲਾ ਕੇ ਗਿਆ ਲੈਣ ਆਏ ਸੀ ਇਨਵਰਟਰ, ਕੀ ਕਰਾ ਰਹੇ ਹੋ, ਬੈਟਰੀ ਮੋਟਰਾਂ ਦੀ ਖਰਾਬ ਆ, ਮੈਂ ਉਹ ਵੀ ਪਵਾ ਲਈਏ, ਇਨਵਰਟਰ ਲੈਤਾ ਗਾ ਐਮਰੋਨ ਦਾ, ਇਹ 'ਚ ਕੁਆਲਿਟੀਆਂ ਬਹੁਤ, ਜਿੱਦਾਂ ਫੋਨ ਚਾਰਜ ਵਗੈਰਾ ਲੈਣਾ ਵੋਲਟੇਜ ਵਗੈਰਾ ਸਹੀ ਦਿੰਦਾ, ਇਹਦੇ 'ਚ ਕੁਆਲਿਟੀ ਇਹ ਹੈ ਜੀ, ਇਹ ਸਾਈਨ ਵੇਵ ਇਨਵਰਟਰ, ਹਾਂ
ਲਾਈਟ ਗਈ ਤਾਂ ਨਾ ਆਵਾਜ਼ ਨਹੀਂ ਕਰਦੀ ਆਮ ਤੌਰ ਤੇ ਪੱਖੇ ਹਾਂਜੀ ਹਾਂਜੀ ਉਹ ਨਹੀਂ ਆਉਂਦੀ ਤੁਸੀਂ ਆਪਣਾ ਕੋਈ ਵੀ ਡਿਵਾਈਸ ਚਲਾਉਣਾ ਉਹ ਪੂਰਾ ਐਨ ਪ੍ਰੋਟੈਕਟ ਕਰਦਾ ਤੁਰਨ ਲੱਗਿਆ ਦੀਆਂ ਤੇ ਸਟੈਂਡ ਆਇਆ ਨੀ ਪਸੰਦ ਹੁਣ ਲੈਣੀ ਆ ਟਰਾਲੀ ਜੀ ਰਵੀ ਵੀ ਖਰਾਬ ਹੋ ਗਿਆ ਅੱਜ ਰਵੀ ਤੇ 5 ਦਿਨ ਹੋ ਗਏ ਅੱਜ ਬਿਮਾਰ ਹੋਏ ਅੱਜ ਤਾਂ ਫਰਕ ਆ ਚੱਲ ਇਹਦੀ ਰਿਪੋਰਟਾਂ ਸਹੀ ਆਈਆਂ ਨੇ ਥੋਡੀ ਪੀੜੀ ਕਿੰਨੀ ਆਈ ਆ 170 ਅਤੇ ਪੀ ਲਿਆ ਦਾ 1.5 ਕੁਛ ਹੁਣ ਤਾਂ ਸਹੀ ਆ ਝੋਟਾ ਦੱਬ ਲਿਆ ਕਿਤੇ ਬੋਲ ਵੀ ਪਏ ਉਹ ਫਿਰ ਕਮੈਂਟ ਕਰਦੇ ਕਹਿੰਦੇ ਵੀ ਘੱਟ ਬੋਲਦਾ ਕੁਝ ਵੀ ਦੁੱਖ ਸੁੱਖ ਸੁਣਾ ਹਾਲ ਚਾਲ ਦੱਸਦੇ ਆ ਉੱਧਰ ਸਾਰਿਆਂ ਦੀ ਹਾਲ ਚਾਲ ਦੱਸਦੇ ਆ ਸਾਰੇ ਸਹੀ ਆ ਇਹਨਾਂ ਨੂੰ ਇਹ ਵਾਲਾ ਕਵਰ ਪਸੰਦ ਆਇਆ ਕਹਿੰਦੇ ਠੀਕ ਆ ਸਟੈਂਡ ਸਹੀ ਆਏ ਮੇਹਰਬਾਨੀ ਬਾਈ ਦੀ ਕਿੱਥੋਂ ਮੇਰੇ ਆਪਾ ਬੇਦਨੀ ਤੋਂ ਅੱਛਾ ਹੁਣ ਨਾਲ ਬੇਦਨੀ ਸੰਗਤ ਲੱਗੋ ਨੀ ਸਾਈਡ ਤੇ ਕੱਢ ਲੋ ਚੱਲੀਏ ਹੁਣ ਲੋਟਾ ਰਵੀ ਲੋਟਾ ਲੋਟਾ ਘਰੇ ਲੈ ਚੱਲੋ ਹੁਣ ਤਾਂ ਕਹਿੰਦੇ ਪੋਚ ਕੇ ਗਾਜੀ ਨਾਲ ਵਿਚਾਰੀ ਦਾ ਲਿਖ ਇਹ ਉਹਨਾਂ ਲਿਖਿਆ ਪਿਆ ਸਾਰੀ ਤੋੜ ਉਸਨੇ ਜੁੜ ਜੂ ਪਾਸੇ ਨਾਲ ਹਾਂ ਮੇਖਾ ਨਾਲ ਜੁੜ ਜੂ ਕੰਮ ਕਰਤਾ ਸ਼ੁਰੂ ਆਪਾਂ ਪਲਾਸਟਿਕ ਦਾ ਤਾਂ ਲਿਆਂਦਾ ਕਿਉਂਕਿ ਲੱਗ ਕੇ ਕੱਪੜੇ ਧੋਣ ਵਾਲੀ ਮਸ਼ੀਨ ਪਈ ਪਾਣੀ ਪਾਣੀ ਪੈਂਦਾ ਰਹਿੰਦਾ ਇਸ ਕਰਕੇ ਕਹਿੰਦੇ ਵਧੀਆ ਰਹਿਣਾ ਸਟੈਂਡ ਕੱਸਣਾ ਕਰਤਾ ਸ਼ੁਰੂ ਮੁੱਕੀਆਂ ਮਾਰ ਮਾਰ ਵਿਚਾਰੇ ਦਾ ਅੱਛਾ ਬੈਂਟਰ ਹੁਣ ਸਾਫ ਕਰ ਲਿਓ ਉਹਨਾਂ ਨੂੰ ਬਾਅਦ ਚ ਰੱਖਾਂਗੇ ਚਲੋ ਰੱਖੋ ਰੱਬ ਦਾ ਨਾਮ ਲੈ ਕੇ ਪਹਿਲਾਂ ਪੈ ਗਿਆ ਸੀ ਪੰਗਾ ਹੁਣ ਹੋ ਗਿਆ ਜਗਾੜ ਨੱਟ ਮਿਲ ਗਏ ਕਰੰਟ ਤਾਰਾਂ ਨਾਲ ਰਾਤ ਬਰਾਤੇ ਵੀ ਔਖਾ ਕਰੰਟ ਦਾ ਵੀ ਨੀ ਡਰ ਲਾ ਇਹੀ ਅੱਧੀ ਰਾਤ ਨੂੰ ਆ ਕੇ ਹੱਥ ਮਾਰਦੇ ਦਿੰਦੇ ਪਹਿਲਾਂ ਸਾਡੇ ਪਲੱਗ ਵੀ ਨੀ ਹੁੰਦਾ ਸੀ ਪਲੱਗ ਲੱਗ ਗਿਆ ਹੁਣ ਸੌਖਾ ਹੋ ਗਿਆ ਨਹੀਂ ਤਾਂ ਇੱਥੇ ਬਹੁਤ ਔਖਾ ਹੁੰਦਾ ਸੀ ਇਹ ਵੀ ਸਹੀ ਆ ਰਿਸਕ ਨਹੀਂ ਹੈਗਾ ਕਿਉਂਕਿ ਇੱਥੇ ਵਾਸ਼ਿੰਗ ਮਸ਼ੀਨ ਪਈ ਆ ਅਤੇ ਗਿੱਲਾ ਹੋ ਜਾਂਦਾ ਸੀ ਪਲਾਸਟਿਕ ਵਾਲਾ ਸਹੀ ਆ ਤਾਂ ਖਤਰਾ ਨਹੀਂ ਹੈਗਾ ਫਿਰ ਅਤੇ ਮਿਸਟਰ ਸਾਡੇ ਲੱਗੇ ਆ ਧਾਰਾਂ ਕੱਢਣ ਕਿੱਦਾਂ ਫਿਰ ਇਹਨਾਂ ਨੇ ਐਂ ਧਾਰ ਮਾਰੀ ਸਿੱਧੀ ਸਾਰੀ ਗੱਡੀ ਲਵੇੜਤੀ ਅੱਗੇ ਵੀ ਮੈਂ ਨਾੜ ਕੇ ਸਿੱਖਿਆ ਧਾਰ ਕੱਢਣੀ ਜਦੋਂ ਮਾਸੀ ਉਹ ਨੀ ਮਾਮਾ ਨੀ ਚਾਹੁੰਦਾ ਮੈਂ ਫੜ ਲੈਂਦਾ ਸੀ ਮੈਂ ਕਿਹਾ ਮੈਂ ਤੇ ਘਰ ਵਾਲਾ ਸਾਰਾ ਕੁਝ ਕਰ ਲੈਂਦਾ ਇਹ ਆਪਦੇ ਨਾਨਕੇ ਵਾਲਾ ਰਹੇ ਨੇ ਮੇਰੇ ਤਾਂ ਘੱਟ ਹੀ ਰਹਿੰਦੇ ਮਹੀਨਾ ਮਹੀਨਾ ਡੇਢ ਮਹੀਨਾ ਲਾ ਕੇ ਆਉਂਦੇ ਕਰਨ ਦਾ ਮੈਂ ਸਾ
ਤੇ ਫੜ ਜਾਣਾ ਮੈਂ ਇਸ ਤਰ੍ਹਾਂ ਦੇ ਬਥੇਰਾ ਕੁਝ ਕਰਦਾ ਜਿਹੜੀ ਕਹਿੰਦੇ ਕਿ ਆਪਾਂ ਤੋਂ ਮਰ ਜਾਗੀ ਪਤਾ ਮੈਂ ਕਿੰਨਾ ਟਾਲੀ ਹੁੰਦੀ ਆ ਵਧੀਆ ਰਵਾ ਬਹੁਤ ਵਧੀਆ ਰਵਾ ਜਿੰਨਾ ਪਾ ਉਹਨੂੰ ਓਨੀ ਚੋਲਾ ਦੁੱਧ ਹਾਂ ਦੇਖ ਲੈ ਜੀ ਹੋ ਜਾਂਦਾ ਬਾਕੀ ਕੱਟੀਆਂ ਹੀ ਦਿੰਦੀਆਂ ਰਵਾ ਇਹ ਆਪਣੇ ਤਾਂ ਨਸਾਨੀ ਵੀ ਨਹੀਂ ਵਿਚਾਰੀ ਕੋਈ ਰਹੀ ਹੈਗੀ ਉਹਨਾਂ ਦੀ ਨਾਨੀਆਂ ਦੀਆਂ ਕਢਾਨੀਆਂ ਹੋ ਗਈਆਂ ਜੀ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਇੱਧਰ ਮੈਨੂੰ ਬੱਖ ਲਵੇੜਦਾ ਚਾਵਲ ਫੈਟ ਘੱਟ ਜਾਣੀ ਆ ਤੇ ਹੁਣ ਅਸੀਂ ਚੱਲੇ ਆ ਮਾਸੀ ਕੋਲ ਜਿਹੜੇ ਬਾਹਰੋਂ ਦੀਦੀ ਨੇ ਕੱਪੜੇ ਭੇਜੇ ਸੀ ਛੋਟੀ ਮਾਸੀ ਕੋਲ ਛੋਟੀ ਮਾਸੀ ਰਹਿ ਗਈ ਸੀ ਕੱਲੀ ਬਾਕੀ ਦੇ ਦਿੱਤੇ ਸੀ ਸਾਰਿਆਂ ਨੂੰ ਕੱਪੜੇ ਤੇ ਕੱਲ ਆਪਾਂ ਬੀਜੇ ਸੀ ਇਸ ਕਰਕੇ ਟਾਈਮ ਨਹੀਂ ਲੱਗਾ ਤੇ ਅੱਜ ਹੁਣ ਅਸੀਂ ਚੱਲੇ ਆ ਮਾਸੀ ਨੂੰ ਕੱਪੜੇ ਦੇਣ ਵਾਸਤੇ ਇਹ ਕਰਕੇ ਜ਼ਰੂਰ ਦੱਸੋ ਚੌਲ ਉਬਾਲ ਕੇ ਤੜਕਾ ਲਾ ਕੇ ਕੌਣ ਖਾਂਦਾ ਇਦਾਂ ਅੱਧੇ ਮਿੱਠੇ ਅੱਧੇ ਨਮਕੀਨ ਤੁਹਾਨੂੰ ਬੜਾ ਚਸਕਾ ਪਿਆ ਅੱਜ ਕੱਲ ਮਿੱਠਿਆਂ ਦਾ ਤੇ ਇੱਕ ਹੋਰ ਬਹੁਤ ਸਾਰਿਆਂ ਦਾ ਕਮੈਂਟ ਆਇਆ ਸੀ ਵੀ ਤੁਸੀਂ ਦੀਦੀ ਸਾਰਿਆਂ ਨੇ ਹੋਮ ਟੂਰ ਕੱਢਿਓ ਤੇ ਤੁਹਾਨੂੰ ਦੁਬਾਰਾ ਇੱਕ ਵਾਰ ਆਪਾਂ ਵੈਸੇ ਆਪਾਂ ਬਲੌਗ ਬਣਾਇਆ ਹੋਮ ਟੂਰ ਦਾ ਇੱਕ ਵਾਰ ਫਿਰ ਹੋਮ ਟੂਰ ਸੈਰ ਕਰਾ ਦਾਂਗੇ ਸਾਡੇ ਘਰ ਦੀ ਕਰਵਾਵਾਂਗੇ ਸੈਰ ਨਾਲ ਆਪਣੇ ਘਰ ਦੀ ਸਾਰਿਆਂ ਨੇ ਕਹਿੰਦੇ ਤੁਹਾਡਾ ਘਰ ਦੇਖਣ ਦੁਬਾਰਾ ਘਰ 'ਚ ਇੱਕੋ ਹੀ ਚੀਜ਼ ਬਦਲੀ ਆ ਗੱਡੀ ਮੈਂ ਗੱਡੀ ਆਈ ਆ ਹੋਰ ਤਾਂ ਕੁਛ ਨਹੀਂ ਆ ਘਰ 'ਚ ਆਪਣੇ 'ਚ ਇੱਕ ਇਨਵੈਟਰ ਨਵਾਂ ਆਇਆ ਜੀ ਚੱਲ ਚੱਲੀਏ ਤੇ ਸਾਰੇ ਜਣਿਆਂ ਦੇ ਇੱਕ ਕਮੈਂਟ ਵੀ ਆਇਆ ਸੀ ਕਹਿੰਦੇ ਵੀ ਸੋਢੀ ਦੁਬਾਰਾ ਟੀਚ ਕਰ ਲੱਗੀ ਹਾਂ ਵੀ ਦੁਬਾਰਾ ਲੱਗੀ ਬਣਾਉਣ ਦੁਬਾਰਾ ਲੱਗੀ ਬਣਾਉਣ ਇਹ ਆਪਾਂ ਨੇ ਨਵਾਂ ਇਨਵੈਟਰ ਲਿਆਂਦਾ ਅੱਜ ਇਮਰਾਉਂਡ ਦਾ ਪਹਿਲਾਂ ਵਾਲਾ ਖਰਾਬ ਹੋ ਗਿਆ ਸੀਗਾ ਤੇ ਇੱਕ ਇਹ ਬਾਕਸ ਲਿਆਂਦਾ ਕਹਿੰਦੇ ਇਹਦੇ ਵਿੱਚ ਵਧੀਆ ਰਹਿੰਦਾ ਜਿਹੜਾ ਪਹਿਲਾਂ ਲੋਹੇ ਦਾ ਸੀ ਉਹ ਸਾਰਾ ਖਰਾਬ ਹੋ ਗਿਆ ਸੀ ਜਰ ਨਾਲ ਇਹ ਵੀ ਚੇਂਜ ਕਰਤਾ ਇਹ ਸਾਡੇ ਡੈਡੀ ਦੀ ਰੇਹੜੀ ਸਬਜ਼ੀ ਵਾਲੀ ਹਾਂ ਪੁੱਤ ਇਹ ਕਿੱਥੇ ਰਹਿ ਗਈ ਨਹੀਂ ਸਗੂ ਨਹੀਂ ਸਗੂ ਹਾਂ ਸਗੂ ਕੀ ਕੇਲੇ ਲੈ ਚੱਲ ਕੱਲ ਨੂੰ ਹੋਰ ਲਿਆਵਾਂਗੇ ਮੰਡੀ 'ਚ ਇਹਨੂੰ ਪਾ ਇਹਨੂੰ ਇਹਨੂੰ ਦੇਖ ਕਿਵੇਂ ਕਰ ਕੇਲੇ ਖਾਏਂਗੇ ਆ ਚੁੰਨੀ ਇਹਦਾ ਦੀਦੀ ਨੇ ਭੇਜੀ ਲੱਗਦੀ ਐਕਸ਼ਨ ਮਾਰ ਕੰਪਨੀ ਮੰਮੀ ਆ ਕੰਧ ਚੱਲ ਕੋਈ ਨੀ ਕਹੀ ਜਾਣ ਦੇ ਉਹ ਪਤਾ ਕਿਉਂ ਕਹਿੰਦੇ ਨੇ ਮੰਮੀ ਉਹ ਉੱਥੋਂ ਪਤਾ ਲੱਗਦਾ ਵੀ ਉਹ ਆਪਦੇ ਮਾਂ ਬਾਪ ਦੀ ਕਿੰਨੀ ਕੁ ਰਿਸਪੈਕਟ ਕਰਦੇ ਨੇ ਆਪਦੇ ਉਹਨਾਂ ਦਾ ਆਪਦੇ ਨੂੰ ਤਾਂ ਲਿਜਾਇਆ ਨਹੀਂ ਜਾਂਦਾ ਕਿਤੇ ਰੋਈ ਜਾਂਦੀ ਆ ਚੱਲੇ ਮੰਮੀ ਮਾਸੀ ਕੋਲੇ ਹੁਣ ਅਸੀਂ ਚੱਲੇ ਹਾਂ ਮਾਸੀ ਕੋਲ ਕਿਉਂਕਿ ਕੱਪੜੇ ਆਏ ਕਿੰਨੇ ਦਿਨ ਉਹਨੇ ਦਿੱਤੇ ਵੀ ਨਹੀਂ ਤੇ ਘਰ ਪਏ ਸੀ ਕੇਲੇ ਥੋੜ੍ਹੇ ਜਿਹੇ ਮੰਮੀ ਕਹਿੰਦੀ ਚੱਲ ਮੈਂ ਉਹਨੂੰ ਲੈ ਜਾਂਦੀ ਹਾਂ ਰੁਮਾਨ ਵਾਸਤੇ ਤੇ ਇੱਦਾਂ ਸਾਹਮਣੇ ਸਾਡਾ ਹੈਗਾ ਗੁਹਾਰਾ ਇਹਨੂੰ ਵੀ ਅਸੀਂ ਵਾਢਾ ਲਾ ਲਿਆ ਚੱਲੇ ਹਾਂ ਮਾਸੀ ਕਿ ਰਸਤਾ ਤਾਂ ਵੈਸੇ 5 ਮਿੰਟ ਦਾ ਗੱਡੀ 'ਚ ਆਪਾਂ ਤਾਂ ਚੱਲੇ ਹਾਂ ਕਿਉਂਕਿ ਬੜਾ ਖਤਰਨਾਕ ਰਸਤਾ ਉੱਥੇ ਸ਼ਾਮ ਨੂੰ ਘੇਰਨ ਲੱਗ ਜਾਂਦੇ ਆ ਇਸ ਕਰਕੇ ਗੱਡੀ 'ਚ ਚੱਲੇ ਆਪਾਂ ਆ ਗਈਆਂ ਸੰਗਤਾਂ ਗਲੀ ਦੇਖੋ ਇਹਨਾਂ ਦੀ ਕਿੱਦਾਂ ਚਮਕਦੀ ਪਈ ਹੈ ਕੇਕ ਹੀ ਬੜੇ ਰੱਖੇ ਪੈਣੇ ਇੱਕ ਵੀ ਕੱਟ ਕੇ ਜਾਓ ਕੋਈ ਬਸ ਉਲਟੀ ਜਿਹੜਾ ਸਾ ਮਾਛੜ ਨੇ ਰਮਾਨ ਬਾਦ ਠੰਡਾ ਬੜਾ ਮਾਛੜ ਸਾ ਨਹੀਂ ਜਾਣਾ ਇਹ ਠੰਡਾ ਪੀਣਾ ਨਹੀਂ ਚਾਹੀਦਾ ਨਿਆਣਿਆਂ ਨੂੰ ਕਿਉਂਕਿ ਕਿਡਨੀਆਂ ਤੇ ਬਹੁਤ ਇਫੈਕਟ ਪਾਉਂਦਾ ਅਸੀਂ ਬੰਦ ਕਰਤਾ ਬਿਲਕੁਲ ਜੋ ਕੋਈ ਪਿਆਰ ਨਾਲ ਦੇ ਦਿੰਦਾ ਫਿਰ ਪੀ ਚਲੋ ਤੁਹਾਨੂੰ ਮਾਸੀ ਨੇ ਬੋਲੀ ਅਸੀਂ ਕੋਕ ਛੱਡਦਾ ਸੀ ਮਾਸੀ ਜਾ ਗਈ ਮਾਸੀ ਕਹਿੰਦੀ ਪੀਓ ਕੋਕ ਅਰਮਾਨ ਸਿੰਘ ਪੀ ਰਿਹਾ ਲੀਚੀ ਵਾਲਾ ਪੱਤਾ
ਮਿਸਤਰੀ ਸਾਹਿਬ, ਠੇਕੇਦਾਰ ਸਾਹਿਬ, ਅਰਮਾਨ ਉਧਰ ਲੁਕ ਗਿਆ। ਸਾਡੀ ਛੋਟੀ ਮਾਸੀ, ਬਸ ਪਿਛਲੇ ਬੰਦੇ ਨੂੰ ਤੁਸੀਂ ਸਮਝ ਸਕਦੇ ਹੋ, ਇਹ ਕੁੜਤਾ ਪਜਾਮਾ ਮਾਸੀ ਇਹਦੇ ਨਾਲ ਪਰਨਾ, ਇਹਦੇ ਨਾਲ ਪਰਨਾ ਇੱਕ ਚੰਬਲ ਗਿਆ ਲੈ। ਅਗਲੇ ਮਹੀਨੇ ਦੀ 5-4 ਤਰੀਕ ਨੂੰ ਬੀਬੀ ਦਾ ਪਾਠ ਰਖਾਇਆ ਕਰਾਂਗੇ, ਕਰਾਵਾਂਗੇ ਆਪਾਂ ਉੱਥੇ ਪੱਟੀ ਵਾਲਾ ਦੋਨੇ ਸਮਾ ਲਿਓ। ਓਕੇ ਕਰਾਉਣੇ ਹੁੰਦੇ ਆ, ਆਪਾਂ ਤਾਂ ਕਰਾਇਆ ਹੀ ਨਹੀਂ ਹੈਗਾ।
ਜੇ ਸਾਡੀ ਜਾਤ ਤੋਂ ਤੁਹਾਨੂੰ ਨਫ਼ਰਤ, ਤੁਸੀਂ ਆਪਦੀ ਜਾਤ ਵਾਲੇ ਦੇਖ ਲਿਆ ਕਰੋ, ਸਾਡੇ ਬਲੌਗ ਨਾ ਦੇਖਿਆ ਕਰੋ। ਜਿਹੜੇ ਇਨਸਾਨੀਅਤ ਦੇ ਨਾਮ ਦੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ, ਹੈ ਨਾ। ਚਮਿਆਰਾਂ ਦੇ ਬਲੌਗ ਵਧੀਆ ਨਹੀਂ ਲੱਗਦੇ, ਤੁਸੀਂ ਚਮਿਆਰਾਂ ਦੇ ਬਲੌਗ ਨਾ ਦੇਖੋ, ਤੁਸੀਂ ਜੱਟਾਂ ਦੇ ਬਲੌਗ ਦੇਖ ਲਓ। ਬਸ ਸਿੱਧੀ ਭਾਵ ਇਹੀ ਕਹਿਣਾ ਚਾਹੁੰਦੇ ਤੁਸੀਂ, ਤੁਸੀਂ ਆਪਦੀ ਜਾਤਾਂ ਦੇ ਬਲੌਗ ਦੇਖ ਲਓ। ਫਰਿੱਜ ਤਾਂ ਨਵਾਂ ਹੀ ਆ, ਉਹਨੂੰ ਕੀ ਹੋਏਗਾ, ਉਹ ਖਰਾਬ ਹੋ ਗਿਆ ਗਰਮੀ ਆ। ਚੱਲੇ ਆ ਘਰ, ਤੁਹਾਨੂੰ ਘਰ ਜਾ ਕੇ ਮਿਲਾਂਗੇ। ਮਾਸੀ ਨੂੰ ਕੱਪੜੇ ਦੇਣੇ ਸੀ, ਕੱਪੜੇ ਤਾਂ ਦੇ ਤੇ, ਹੁਣ ਆਪਣੀ ਜਾਣ ਦੀ ਤਿਆਰੀ ਆ। ਮਿਸਟਰ ਪਹਿਲੀ ਪੈਕ ਹੋ ਕੇ ਬਹਿ ਗਏ ਸਰ, ਝੂਟੇ ਲੈ ਲਾ ਸੱਦੂ ਮੈਡਮ। ਲੋ ਜੀ ਹੁਣ ਅਸੀਂ ਪੁੱਜ ਗਏ ਘਰ, ਇਹ ਚੰਬਲੀ ਪਈ ਆ। ਜੀ ਹੱਥ ਤੋਂ ਨਿਕਲ ਰਿਹਾ, ਕੀ ਹੋ ਗਿਆ? ਮੈਂ ਤਾਂ ਨਾੜ ਜੀ ਕਿਵੇਂ ਆਇਆ ਤੇਰੀ, ਅੱਜ ਤਾਂ ਲੱਗਿਆ ਦੁੱਖ, ਅੱਜ ਹੀ ਲੱਗਿਆ ਨਾ ਚੁਬੀ ਤੇ। ਕੱਲ ਜਿੰਨਾ ਦੁੱਖ ਤਾਂ ਲੱਗਿਆ, ਕੱਲ ਤਾਂ ਬਾਲਾ ਲੱਗਦੀ ਆ, ਪਰਸੋਂ ਨਾੜ ਜੀ ਚੜਾ ਮੇਰੇ ਹੱਥਾਂ ਦੇ ਘੱਟ ਲੱਗਿਆ, ਇਹਦੇ ਤੇ ਬੱਦਰੀ ਬੁੱਦਰੀ ਤੇ ਵੱਧ ਲੱਗ ਗਿਆ। ਇਹ ਬਣੂ ਡਾਕਟਰ, ਚੇਪੀ ਚੁਪੀ ਲਾ ਲੇਗਾ, ਰਹਿ ਨਹੀਂ ਦਿੰਦਾ ਮੈਂ ਕਹਿੰਦਾ। ਬਸ ਅੱਜ ਤੇਰੇ ਲਾਸਟ ਬੋਤਲ ਆ, ਹੁਣ ਤਾਂ ਤੂੰ ਠੀਕ ਆ। ਬਸ ਬਾਏ ਬਾਏ ਦੁਆ। ਲਓ ਜੀ ਇਹ ਵੱਡਾ ਡਾਕਟਰ ਆਪਣਾ, ਹਵਾ ਕੱਢਣੀ ਤਾਂ ਉਹਦੇ ਭੁੱਲ ਗਿਆ, ਲਹੂ ਲਹਾਣ ਇੱਥੇ ਕਰਾ ਦੇਣ। ਸਹੀ ਚੱਲ ਰਹੀ ਰਵੀ ਦੀ ਅੱਜ ਲਾਸਟ ਬੋਤਲ ਆ, ਲੱਗ ਗਈ ਬੋਤਲ। ਅੱਜ ਇਨਵੈਟਰ ਵੀ ਨਵਾਂ ਲਿਆਂਦਾ ਹੈ ਰਵੀ, ਹੋਰ ਪੀੜੀ ਨਵੀਂ ਲਿਆਤੀ, ਪੀੜੀ ਨਵੀਂ ਲਿਆਂਦੀ, ਪੀੜੀ ਨਹੀਂ ਟਰੋਲੀ, ਟਰੋਲੀ ਲਿਆਂਦੀ ਉਹਦੀ। ਅਤੇ ਪੰਮੀ ਮਾਸੀ ਦੇ ਜਿਹੜੇ ਸੂਟ ਤੀਗੇ ਦੀਦੀ ਨੇ ਭੇਜੇ ਦੀ ਬਾਹਰੋਂ ਕਨੇਡਾ, ਉਹ ਵੀ ਫੜਾ ਜਾਂਦੇ ਸਾਰੀਆਂ ਦੋਨੇ ਮਾਸੀਆਂ ਨੂੰ, ਅਤੇ ਮਾਮੀ ਨੂੰ ਵੀ ਸੂਟ ਪਹੁੰਚ ਗਏ। ਆਹ ਰਵੀ ਵੀ ਸਾਡਾ ਠੀਕ ਹੋ ਗਿਆ, ਕਮੈਂਟ ਵੀ ਆਏ ਰਵੀ ਕਹਿੰਦੇ ਰਵੀ ਨੂੰ ਨਜ਼ਰ ਲੱਗ ਗਈ, ਗਏ ਨਜ਼ਰ ਲੱਗ ਗਈ ਤੈਨੂੰ, ਪਤਾ ਨਹੀਂ ਇਹ ਪਕੌੜੀਆਂ ਵਾਲੀਆਂ ਖਾਂਦਾ ਗੰਜਰ ਦਾ, ਪਕੌੜੀਆਂ ਨਹੀਂ ਖਾਧੀਆਂ। ਹਾਂ ਬਸ
ਬੁਖਾਰ ਤੋਂ ਬਾਅਦ ਹੀ ਹੋਇਆ ਥਾ ਬੁਖਾਰ ਤੋਂ ਬਾਅਦ ਨਾ ਫਾਗੀ ਅੱਗੇ ਵੀ ਆਈ ਹੁੰਦਾ ਮੈਨੂੰ ਅੱਗੇ ਨਹੀਂ ਕਦੇ ਅੱਗੇ ਬੁਖਾਰ ਉੱਤਰ ਕੇ ਉਹ ਉੱਤਰ ਜਾਂਦਾ ਸੀ ਐਤਕੀ ਬੁਖਾਰ ਹੀ ਨਹੀਂ ਉੱਤਰਿਆ ਐਤਕੀ ਬੁਖਾਰ ਉੱਤਰਿਆ ਨਹੀਂ ਚਲੋ ਕੋਈ ਨਹੀਂ ਐਤਕੀ ਹੁਣ ਤਾਂ ਉੱਤਰ ਗਿਆ ਚਲੋ ਚੈਨਲ ਸਾਡੇ ਨੂੰ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਕਰ ਲਓ ਬਾਈ ਜੇ ਨਾ ਕੀਤਾ ਫਿਰ ਕੀ ਕਹੇਗਾ ਫਿਰ ਦੁਬਾਰਾ ਕਹਿ ਦਾਂਗੇ ਲਵੀ ਘੰਟੇ ਜਿਹਦੀ ਬੋਤਲ ਲੱਗ ਗਿਆ ਇੱਧਰ ਰਵੀ ਡੈਡੀ ਦੀ ਨਕਲ ਤਾਰ ਕੇ ਦੱਸੀ ਰਵੀ ਦੱਸੀ ਕਿਵੇਂ ਕਹਿੰਦਾ ਡੈਡੀ ਰਵੀ ਕਰੀ ਬੈਕ ਲਾ ਕੇ ਸੁਣ ਡੈਡੀ ਕੀ ਕਹਿੰਦਾ ਹੋਰ ਨਵਾਂ ਦੁਬਾਰਾ ਸ਼ੁਰੂ ਕੀਤਾ ਉਹੀ ਸੀ ਨਾ ਕਿਵੇਂ ਕਹਿੰਦਾ ਡੈਡੀ ਦੱਸੀ ਬੋਲਦੇ ਯਾਰ ਦੇਖ ਲਾ ਫਿਰ ਕਰੀ ਦੁਬਾਰਾ ਇੱਕ ਵਾਰ ਡੈਡੀ ਰਵੀ ਤੇਰੀਆਂ ਨਕਲਾਂ ਲਾਈ ਜਾਂਦਾ ਡੈਡੀ ਥੱਲੀ ਲਮਕਾ ਦੇ ਉਧਰ ਪਾਣੀ ਨਿਕਲ ਜੂ ਤੂੰ ਟਿਕ ਜਾ ਦੇਖ ਲਾ ਰਾਕੜ ਦੀਦੀ ਹਾਂ ਬੋਣੇ ਤੈਨੂੰ ਕਿਹਾ ਨੀ ਦੀ ਨਾਲ ਚੱਲ ਕਿਤੇ ਵੀ ਜਾਂਦੇ ਕਹਿੰਦੇ ਨੀ ਤੂੰ ਕਿਉਂ ਨੀ ਜਾਂਦੀ ਕਿਉਂ ਨੀ ਜਾਂਦੀ ਤੈਨੂੰ ਜਾਣ ਬੁੱਝ ਕੇ ਛੱਡ ਕੇ ਜਾਂਦੇ ਵੀ ਤੂੰ ਘਰ ਦੇ ਕੰਮ ਕਰਿਆ ਯਾਰ ਲੋਕਾਂ ਦੀ ਕੀ ਸੁਣਨੀ ਆ ਤਾਂ ਬਹੁਤ ਕੁਝ ਕਹਿੰਦੇ ਹੈਗਾ ਇਹਨਾਂ ਦੀ ਕੋਈ ਪਰਵਾਹ ਨਹੀਂ ਕਰੀਦੀ ਆਪਾਂ ਨੂੰ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਹਾਂਡੀ ਮੈਂ ਕਹਣਾ ਯਾਰ ਕਰੀ ਰਹੀ ਕਰੀ ਇਹ ਵੀ ਸ਼ਿਮਲਾ ਉਹ ਕਸ਼ਮੀਰੀ ਮਿਰਚ ਜਿਹੜੀ ਮਿਲਦੀ ਹੈ ਕਿ ਕਜਰੀ ਸਾਰੇ ਦਾ ਪ੍ਰੈਂਕ ਕਰਦੇ ਫਿਰ ਵੀ ਕਿਵੇਂ ਕਹਿੰਦਾ ਸੀ ਮੂੰਹ ਵੀ ਕੋਣ ਹੋ ਮੰਮੀ ਲਾ ਤਾ ਲੈ ਉਹਨੂੰ ਮੰਮੀ ਪਤਾ ਪਾ ਤਾ 12-13 ਯਾਰ ਖੂਹ ਚ ਪੜਾਸ ਕੱਢੂ ਮੰਮੀ ਕੱਲ ਸੋਪੀ ਦੀ ਆ ਮੈਂ ਨਿਕਲਦੀ ਮੈਂ ਤਾਂ ਵਿੱਚ ਹੀ ਮਰ ਜੂ ਫਿਰ ਮੰਮੀ ਨੇ ਉਹ ਕਲਾਣੇ ਦਾ ਟੋਭਾ ਨੀ ਟੱਪਣਾ ਬਾਹਰ ਲਾ ਮੈਂ ਵਗਦੀ
ਟੋਬਾ ਹੀ ਬਹੁਤ ਉਹ ਡੂੰਘਾ ਹੀ ਬਹੁਤ ਆ ਮੰਮੀ ਲੱਭਣ ਲਈ ਵੀ ਔਖਾ ਹੋ ਜੂ ਉਹ ਤਾਂ ਉੱਪਰ ਆ ਜਾਏਗੀ ਤਿਰ ਕੇ ਉਹ ਤਾਂ ਸੌਖੀ ਕੱਢ ਲਾਂਗੇ ਤੈਨੂੰ ਬਾਰੇ ਲਓ ਜੀ ਇੱਧਰ ਸੰਗਤ ਖਾ ਰਹੀ ਨੇ ਚੌਲ ਤੂੰ ਨੀ ਖਾਣੇ ਹੈ ਹੈ ਰੋਟੀ ਖਾ ਲਈ ਤੂੰ ਆਪਣੀ ਇੱਧਰ ਮੰਮੀ ਨੇ ਡੈਡੀ ਨੂੰ ਕਹਿੰਦਾ ਮਿਰਚ ਕਹਿੰਦਾ ਡੈਡੀ ਆਪ ਹੀ ਖੁਸ਼ ਹੋ ਗਿਆ ਜਦੋਂ ਡੈਡੀ ਨੂੰ ਪਤਾ ਲੱਗ ਗਿਆ ਐਨਾ ਵੀ ਮੇਰੇ ਤੇ ਡੈਡੀ ਦੀ ਖੁਸ਼ੀ ਗਏ ਉਹ ਕਸ਼ਮੀਰੀ ਮਿਰਚ ਇੱਧਰ ਮਾਸੀ ਦੇ ਵੀ ਦਰਸ਼ਨ ਕਰ ਲਓ ਕਿੱਧਰ ਮਾਸੀ ਹਾਂ ਵੀ ਨੰਬਰ 1 ਕੁਛ ਨੀ ਤੇਰੇ ਸਾਰੇ ਜਿਹੜੇ ਤੈਨੂੰ ਦੇਖਦੇ ਨੇ ਤੇਰੇ ਵਿਊਅਰ ਕਹਿੰਦੇ ਮਾਸੀ ਨੰਬਰ 1 ਆ ਬਹੁਤ ਵੱਡੇ ਦਿਲ ਦੀ ਆ ਮਾਸੀ ਘੈਂਟ ਆ ਗਈ ਕਹਿੰਦੇ ਰੋਜ਼ ਯਾਦ ਕਰਦੇ ਨੇ ਤੈਨੂੰ ਕੀ ਕਹਿਣਾ ਚਾਹੇਗੀ ਬੰਦ ਕਰ ਰੱਖੀ ਸੂਟ ਦੇ ਜਾਂਦੇ ਸੀ ਉਹਨੇ ਸੂਟ ਅੱਛਾ ਉਹ ਵਾਲਾ ਦੇ ਕੇ ਆਂਦਾ ਮੈਂ ਵੀ ਉਹੀ ਦਿੱਤਾ ਮਾਸੀ ਵੀਰਵਾਰ ਤੱਕ ਸਾਰਿਆਂ ਨੇ ਉਹੀ ਦਿੱਤਾ ਮਾਸੜ ਦਾ ਕੁੜਤਾ ਵੀ ਆਮਾ ਸੋਨਾ ਦੇ ਹਾਂ ਵੀ ਕੋਈ ਬਾਲਾ ਫਾਲਾ ਕੁਛ ਹੋਰ ਦਰਦ ਫਰਦ ਸੈੱਟ ਆ ਓਕੇ ਆ ਦੋਨੇ ਲੈਣੀਆਂ ਨੇ ਤੇ ਜੇ ਬਾਈ ਚਾਂਸ ਕਿਸੇ ਨੂੰ ਨਾ ਓਡੀ ਪੀਟੀ ਮਤਲਬ ਥੋੜੀ ਬਹੁਤ ਵੀ ਮਤਲਬ 100-150 ਵੀ ਹੋ ਜਾਂਦੀ ਹੈ ਨਾ ਕਈ ਵਾਰ ਜ਼ਿਆਦਾ ਵੀ ਹੋਏ ਤੇ ਇਹ ਵਾਲੀ ਮੈਡੀਸਨ ਲਿਆਇਆ ਕਰੋ ਸਟੈਂਡਰਡ 'ਚ ਆਉਂਦੀ ਆ ਡੈਕਸੋ ਰੈਂਜ ਇਹ ਖੂਨ ਵਧਾਉਣ ਵਾਸਤੇ ਆ ਕਿਉਂਕਿ ਨਾਲ ਇਹ ਜ਼ਰੂਰੀ ਹੁੰਦੀ ਹੈਗੀ ਫਿਰ ਛੇਤੀ ਰਿਕਵਰ ਹੋ ਜਾਂਦਾ ਇਹੀ ਅਸੀਂ ਛੋਟੀ ਨੂੰ ਦਿੱਤੀ ਸੀਗੀ ਜਦੋਂ ਛੋਟੀ ਠੀਕ ਹੋਈ ਹੈਗੀ ਹੁਣ 1-2 ਦਿਨ ਲੱਗਣੇ ਮਾਸੀ ਕਹਿੰਦੀ ਸਾਡੇ ਵਾਸਤੇ ਮੈਨੂੰ ਲੱਗਦਾ ਅਗਲੇ ਹਫ਼ਤੇ ਤੱਕ ਮੈਂ ਛੋਟੀ ਜਸ ਰਵੀ ਅਸੀਂ ਚਾਰੇ ਜਾਵਾਂਗੇ ਮਾਸੀ ਕੇ ਬਾਥਰੂਮ ਪਵਾਉਣ ਦੇਖਿਆ ਨੀ ਤੂੰ ਬਲੌਗ ਤੂੰ ਬਲੌਗ ਨੀ ਦੇਖਿਆ ਬਾ ਨੂੰ ਨੰਬਰ 1 ਤੂੰ ਗੱਲਾਂ ਜੀ ਪਕੌੜੇ ਫੁੱਕੀ ਜਾਂਦੀ
ਹਾਂ ਲਵ ਯੂ ਟੂ ਹਾਏ ਸਿਦਰੀ ਤੈਨੂੰ ਲਵ ਯੂ 3 ਮਾਸੀ ਬਾਏ ਬਾਏ ਆ ਮਾਛੜ ਨੂੰ ਵੀ ਕਹਿ ਦਿਆ ਕਰ ਕਦੇ ਹੁਣ ਬੋਲਿਆ ਮੂੰਹ ਕਰ ਹੁਣ ਸੰਗ ਕੀ ਬਸ ਠੀਕ ਆ ਦੇਖ ਲਾ ਠੀਕ ਆ ਲਵ ਯੂ ਸਿਧਰੀ ਹੈ ਆਮੀ ਉਹ ਆਪਦਾ ਬਲੌਗ ਹੀ ਦੇਖੀ ਜਾਂਦੀ ਆ ਮੁੜ ਮੁੜ ਕੇ ਇੰਨਾ ਕਿੰਨਾ ਕਿ ਤੈਨੂੰ ਆਪਦੇ ਬਲੌਗ ਵਧੀਆ ਲੱਗਦੇ ਆ ਆਪਾਂ ਹੀ ਦੇਖਾਂਗੇ ਵਧੀਆ ਲੱਗਦੇ ਲਵ ਯੂ ਚੈਨਲ ਸਾਡੇ ਨੂੰ ਕਰ ਲਓ ਸਬਸਕ੍ਰਾਈਬ ਤੇ ਇਹ ਬਲੌਗ ਨੂੰ ਆਪਾਂ ਇੱਥੇ ਹੀ ਕਰਦੀ ਐਂਡ